ਸਸ਼ੀਕਾਲ ਜੀ ਸਾਰਿਆਂ ਨੂੰ ਪੰਜਾਬ ਐਗਜ਼ਾਮਸ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਪੰਜਾਬੀ ਲੋਕ ਸਾਹਿਤ ਦੀ ਤੇ ਪੰਜਾਬੀ ਲੋਕ ਸਾਹਿਤ ਦਾ ਦਾਇਰਾ ਜੋ ਹੈ ਕਾਫੀ ਵਿਸ਼ਾਲ ਹੈ ਇਹਦੇ ਬਾਰੇ ਗੱਲਾਂ ਸ਼ੁਰੂ ਕਰ ਲਓ ਕਦੀ ਵੀ ਮੁੱਕਣ ਵਿੱਚ ਨਹੀਂ ਆਉਂਦੀਆਂ ਸੋ ਅੱਜ ਜੀ ਪੰਜਾਬੀ ਲੋਕ ਸਾਹਿਤ ਦੇ ਪਿੰਨ-ਪਿੰਨ ਰੂਪਾਂ ਤੇ ਚਰਚਾ ਕਰਾਂਗੇ ਤੇ ਟੌਪਿਕ ਅੱਜ ਦਾ ਲਿਆ ਹੈ ਸਿੱਠਣੀਆਂ ਸੋ ਅਗਰ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਰਿਲੇਟਡ ਟੂ ਪੰਜਾਬੀ ਲਿਟਰੇਚਰ ਦੈਨ ਤੁਹਾਡੇ ਲਈ ਇਹ ਵੀਡੀਓ ਕਾਫੀ ਯੂਸਫੁਲ ਹੋ ਸਕਦੀ ਹੈ ਚਾਹੇ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਯੂਜੀਸੀ ਦੀ ਇਵਨ ਅਗਰ ਤੁਸੀਂ ਆਈਏਐਸ ਆਪਸ਼ਨਲ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਵੀ ਤੁਹਾਡੇ ਲਈ ਵੀਡੀਓ ਜ਼ਰੂਰ ਯੂਸਫੁਲ ਹੋਏਗੀ ਕਿਉਂਕਿ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਸਿੱਠਣੀਆਂ ਸ਼ਬਦ ਆਇਆ ਕਿੱਥੋਂ ਦੀ ਪਰਿਭਾਸ਼ਾ ਕੀ ਹੈ ਤੇ ਕਿਸ ਤਰ੍ਹਾਂ ਸੇਠਣੀਆਂ ਜੋ ਨੇ ਕਿੰਨਾ ਵੱਲੋਂ ਕਿੰਨਾ ਨੂੰ ਦਿੱਤੀਆਂ ਜਾਂਦੀਆਂ ਨੇ ਸੋ ਸਾਰਾ ਇਹ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਤੇ ਇਸ ਤੋਂ ਬਾਅਦ ਤੁਹਾਨੂੰ ਕਿਤੋਂ ਵੀ ਆਈ ਐਮ ਸ਼ੋਰ ਕਿ ਕਿਤੋਂ ਪੜ੍ਹਨ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਸਾਰਾ ਇੰਪੋਰਟੈਂਟ ਜਿੰਨਾ ਵੀ ਕੰਟੈਂਟ ਹੈ ਆਪਾਂ ਸਾਰਾ ਕਵਰ ਕਰਾਂਗੇ ਬਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ سٹਾਰਟ ਕਰਦੇ ਹਾਂ ਜੀ ਸੋ ਸਿੱਠਣੀ ਦੀ ਅਗਰ ਪਰਿਭਾਸ਼ਾ ਇਸ ਰੂਪ ਦੇਖੀ ਤਾਂ ਜੀ ਕਬੀਲਾ ਭੇੜ ਜਾਂ ਗੋਤ ਟਕਰਾਓ ਇਸ ਸਿੱਠਣੀ ਸਿਰਜਣਾ ਦਾ ਬੁਨਿਆਦੀ ਆਧਾਰ ਹੈ ਕਬੀਲਾ ਯੁੱਗ ਵਿੱਚ ਜਦੋਂ ਇੱਕ ਦੂਜੇ ਦੀਆਂ ਔਰਤਾਂ ਨੂੰ ਟੱਕੇ ਨਾਲ ਝੁੱਕ ਕੇ ਲੈ ਜਾਂਦੇ ਸਨ ਤਾਂ ਆਦਮੀ ਹਥਿਆਰਾਂ ਤੇ ਔਰਤਾ ਸ਼ਰੀਰਕ ਤਾਕਤ ਦੇ ਨਾਲ-ਨਾਲ ਮੁਕਾਬਲੇ ਦੌਰਾਨ ਵਿਰੋਧੀ ਧਿਰ ਨੂੰ ਗਾਲਾਂ ਕੱਢਦੀਆਂ ਸਨ ਹੌਲੀ-ਹੌਲੀ ਇਹੀ ਗਾਲਾਂ ਵਿਆਹ ਦੇ ਕਾਰਜ ਵਿੱਚ ਸਮਾਜਿਕ ਮਾਨਤਾ ਮਿਲਣ ਤੋਂ ਬਾਅਦ ਸਿੱਠਣੀਆਂ ਦਾ ਰੂਪ ਧਾਰ ਗਈਆਂ ਸਿੱਠਣੀ ਨੂੰ ਪਰਿਭਾਸ਼ਿਤ ਕਰਨ ਲਈ ਕਈ ਵਿਦਵਾਨਾਂ ਦੇ ਵਿਚਾਰ ਨੇ ਜਿਵੇਂ ਭਾਈ ਕਾਨ ਸਿੰਘ ਨਾਭਾ ਜੀ ਨੇ ਸਿੱਠਣੀ ਬਾਰੇ ਕਿਹਾ ਕਿ ਸਿੱਠਣੀ ਦਾ ਜੋ ਮੂਲ ਸ਼ਬਦ ਹੈ ਉਹ ਸਿੱਠ ਮੰਨਿਆ ਗਿਆ ਹੈ ਸਿੱਠ ਸੰਸਕ੍ਰਿਤ ਦੀ స్వਤੰਤਰ ਤਤੂ ਨਾਲ ਜਾਂ ਲੱਗ ਕੇ ਬਣਿਆ ਹੈ ਜਿਸ ਦੇ ਅਰਥ ਹਨ ਅਯੋਗ ਵਚਨ ਬੋਲਣਾ ਜਾਂ ਫਿਰ ਸ਼ਰਮ ਦਿਵਾਉਣ ਵਾਲੀ ਗੱਲ ਆਖਣੀ ਇਸ ਤੋਂ ਭਾਵ ਅਸ਼ਿਸ਼ਟ ਬਾਣੀ ਗਾਲੀ ਅਤੇ ਵਿਅੰਗ ਨਾਲ ਕਹੀ ਹੋਈ ਬਾਣੀ ਹੈ ਸਿਠਣੀ ਤੋਂ ਭਾਵ ਅਸੱਭੇਕ ਸ਼ਬਦ ਜੋ ਕਿ ਗਾਲਾਂ ਦਾ ਰੂਪ ਧਾਰ ਲੈਂਦੇ ਹਨ ਉਸੇ ਤਰ੍ਹਾਂ ਡਾਕਟਰ ਬੰਜਾਰਾ ਵਿੱਦੀ ਵੀ ਸਿਠਣੀ ਸ਼ਬਦ ਦਾ ਨਿਕਾਸ ਸਿਠ ਸ਼ਬਦ ਤੋਂ ਹੀ ਮੰਨਦੇ ਹਨ ਉਹਨਾਂ ਅਨੁਸਾਰ ਸਿਠ ਸੰਸਕ੍ਰਿਤ ਦੇ ਸ਼ਬਦ ਸਵੱਠ ਦਾ ਵਿਕਰਿਤ ਰੂਪ ਹੈ ਜਿਸ ਦਾ ਅਰਥ ਹੈ ਅਯੋਗ ਵਚਨ ਸੋ ਪੰਜਾਬੀ ਵਿੱਚ ਸਿੱਠ ਸ਼ਬਦ ਨਿੰਦਾ ਪੰਡੀ ਵਿਅੰਗ ਆਦਿ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ ਇਕਾਵ ਰੂਪ ਉਰਦੂ ਦੇ ਹਜਵ ਨਾਲ ਕਾਫੀ ਮੇਲ ਖਾਂਦਾ ਹੈ ਸੋ ਸਿੱਠਣੀਆਂ ਜੁਨੇਜੀ ਪੰਜਾਬੀ ਕੋਸ਼ ਅਨੁਸਾਰ ਸਿੱਠ ਸ਼ਰਮ ਦਿਵਾਉਣ ਵਾਲੀ ਗੱਲ ਨਿੰਦੀਵਾਚੀ ਵਾਕ ਕਿਸੇ ਦੀ ਪੰਡੀ ਕਰਨ ਵਾਲੀ ਕਵਿਤਾ ਹੈ ਸਿੱਠਣਾ ਸਿੱਠ ਜੋੜਨਾ ਢੰਡਣਾ ਤੇ ਸਿੱਠਣੀ ਇਸਤਰੀਆਂ ਦਾ ਵਿਆਹ ਸ਼ਾਦੀਆਂ ਸਮੇਂ ਕੁੜਮਾ ਨੂੰ ਸੁਣਾ ਕੇ ਗਾਇਆ ਗੀਤ ਜਿਸ ਵਿੱਚ ਉਹਨਾਂ ਦਾ ਮੁਖੌਲ ਉਡਾਇਆ ਜਾਂਦਾ ਹੈ ਇਸ ਕੋਸ਼ ਵਿੱਚ ਵਿਸ਼ੇਸ਼ ਔਰਤਾਂ ਨਾਲ ਸੰਬੰਧਿਤ ਗੀਤ ਦਾ ਜ਼ਿਕਰ ਕੀਤਾ ਹੈ ਪੰਜਾਬੀ ਕੋਸ਼ ਅਨੁਸਾਰ ਪੰਜਾਬ ਦੇ ਲੋਕ ਗੀਤਾਂ ਦੀ ਇਹ ਇੱਕ ਕਿਸਮ ਹੈ ਜੋ ਲੋਕ ਸਾਹਿਤ ਵਿੱਚ ਵਿਅੰਗ ਭਰਪੂਰ ਕਵਿਤਾ ਹੈ ਇਸ ਦਾ ਸ਼ਾਬਦਿਕ ਅਰਥ ਅਯੋਗ ਬਚਨ ਜਾਂ ਭੰਡੀ ਭਰੇ ਬੋਲ ਹਨ ਤੇ ਜੀ ਇਹ ਖੁਸ਼ੀ ਦੇ ਮੌਕਿਆਂ ਤੇ ਆਏ ਪਰੌਣਿਆਂ ਦਾ ਮਜ਼ਾਕ ਉਡਾਉਣ ਅਤੇ ਉਹਨਾਂ ਦੇ ਔਗੁਣਾਂ ਤੋਂ ਪਰਦਾ ਉਠਾਉਣ ਲਈ ਗਈ ਜਾਂਦੀ ਹੈ ਸੁਹਾਗ ਅਤੇ ਘੋੜੀਆਂ ਆਦ ਵਿੱਚ ਜਿੱਥੇ ਇਸਤਰੀ ਦੀਆਂ ਖੁਸ਼ੀਆਂ ਤੇ ਗਮੀਆਂ ਦੀ ਲਾਲਸਾ ਹੈ ਅਤੇ ਉਹ ਨਿਮਰਤਾ ਨਾਲ ਆਪਣੇ ਮਨ ਦੀਆਂ ਮੰਗਾਂ ਤੇ ਸੱਦਰਾਂ ਬਿਆਨਦੀ ਹੈ ਉੱਥੇ ਇਸ ਦੇ ਉਲਟ ਸਿੱਠਣੀਆਂ ਰਾਹੀਂ ਇਸਤਰੀ ਆਪਣੀ ਸੱਸ ਨਨਾਨ ਸੋਹਰੇ ਜੇਠ ਦਿਓਰ ਤੇ ਹੋਰ ਸੰਬੰਧੀਆਂ ਪ੍ਰਤੀ ਆਪਣੇ ਮਨ ਦੀ ਕੁੜੱਤਨ ਨੂੰ ਵਿਅੰਗ ਭਰੇ ਗੀਤਾਂ ਰਾਹੀਂ ਬਗਟਾਉਂਦੀਆਂ ਬਗਟਾਉਂਦੀਆਂ ਹਨ ਨੈਕਸਟ ਹੈ ਜੀ ਕਿ ਸੇਠਣੀਆਂ ਦੇਣ ਦਾ ਰਿਵਾਜ ਜੋ ਹੈ ਕਦੋਂ ਸ਼ੁਰੂ ਹੋਇਆ ਤੇ ਕਿਸ ਨੇ ਸ਼ੁਰੂ ਕੀਤਾ ਇਸ ਬਾਰੇ ਵੈਸੇ ਤਾਂ ਸਾਹਿਤ ਦੇ ਇਤਿਹਾਸ ਵਿੱਚ ਕੋਈ ਸੰਕੇਤ ਨਹੀਂ ਮਿਲਦਾ ਪਰ ਇਹ ਜ਼ਰੂਰ ਸਿੱਧ ਹੁੰਦਾ ਹੈ ਕਿ ਇਹ ਗਾਲਾਂ ਦੇਣ ਦਾ ਨਿੰਦਿਆ ਕਰਨ ਦਾ ਰਿਵਾਜ ਬਹੁਤ ਪੁਰਾਣਾ ਹੈ ਪੰਜਾਬ ਕੋਸ਼ ਵਿੱਚ ਦਰਜ ਹੈ ਕਿ ਸ਼ਿਵ ਪੁਰਾਣ ਅਨੁਸਾਰ ਸ਼ਿਵ ਜੀ ਦੇ ਵਿਆਹ ਤੇ ਸਿੱਠਣੀਆਂ ਦਿੱਤੀਆਂ ਗਈ ਸਨ ਸਮਾ ਪਾ ਕੇ ਹੋਰ ਰਸਮੀ ਗੀਤਾਂ ਵਾਂਗ ਸਿੱਠਣੀਆਂ ਵੀ ਵਿਆਹ ਸਮੇ ਗਾਏ ਜਾਣ ਵਾਲੇ ਗੀਤਾਂ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਵਿਆਹ ਦਾ ਸਾਹ ਨਿਕਲਣ ਤੋਂ ਬਾਅਦ ਦਿਨ ਮਿੱਠਿਆ ਜਾਂਦਾ ਹੈ ਅਤੇ ਸੁਹਾਗ ਤੇ ਘੋੜੀਆਂ ਗਾਈਆਂ ਜਾਂਦੀਆਂ ਹਨ ਇਸ ਸਮੇ ਨਾਨਕੇ ਦਾਦਕੇ ਮੇਲ ਇੱਕ ਦੂਜੇ ਨੂੰ ਸਿੱਠਣੀ ਇਸ ਤਰ੍ਹਾਂ ਦਿੰਦੀਆਂ ਹਨ ਕਿੱਧਰ ਉੱਡਲ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ ਪੀਤੀ ਸੀ ਪਿਛ ਜੰਮੇ ਸੀ ਰਿੱਚ ਉਹ ਤਾਂ ਰਿੱਚ ਖਿਡਾ ਵਣ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ ਜਵਾਬ ਵਿੱਚ ਦਾਦਕੀ ਮੇਲਦੀਆਂ ਇਸਤਰੀਆਂ ਕਹਿੰਦੀਆਂ ਹਨ ਨਹੀਂ ਮੈਂ ਤਾਂ ਹੁਣ ਦੇਖਿਆ ਬਾਰੀ ਦੇ ਓਲੇ ਵਜੀਰ ਖੜਾ ਨੀ ਮੈਂ ਤਾਂ ਹੁਣ ਸੁਣਿਆ ਲਾੜੇ ਦੀ ਬਾਮੀ ਦਾ ਯਾਰ ਖੜਾ ਨੀ ਮੁੰਨੇ ਯਾਰ ਤੇਰਾ ਯਾਰ ਤੇ ਸੁਨਿਆਰ ਤੇਰਾ ਯਾਰ ਨੀ ਮੁੰਨੇ ਯਾਰ ਲਿਆਵੇ ਚੂੜੀਆਂ ਸੁਨਿਆਰ ਲਿਆਵੇ ਹਾਰ ਸੋ ਇਸ ਤਰ੍ਹਾਂ ਜੀ ਸਿੱਠਣੀਆਂ ਦਾ ਜੋ ਰੂਪ ਹੈ ਉਹ ਕਾਫੀ ਵਿਅੰਗਮਈ ਹੁੰਦਾ ਤੇ ਇੱਕ ਦੂਸਰੇ ਉੱਪਰ ਤਰ੍ਹਾਂ ਤਰ੍ਹਾਂ ਨਾਲ ਵਿਅੰਗ ਕੱਸੇ ਜਾਂਦੇ ਨੇ ਨਾਨਕੇ ਅਤੇ ਦਾਦਕੇ ਮੇਲ ਵੱਲੋਂ ਤੇ ਜਦੋਂ ਬਰਾਤ ਆਉਂਦੀ ਹੈ ਤਾਂ ਜੀ ਬਰਾਤੀਆਂ ਦੇ ਉੱਪਰ ਵੀ ਇਸ ਤਰ੍ਹਾਂ ਹੀ ਜੋ ਕੁੜੀਆਂ ਵਾਲੇ ਹੁੰਦੇ ਨੇ ਉਹਨਾਂ ਵੱਲੋਂ ਵਿਅੰਗ ਕੱਸੇ ਜਾਂਦੇ ਨੇ ਇਸ ਪ੍ਰਕਾਰ ਸੇਠਣੀਆਂ ਜੀਜੀਆਂ ਅਤੇ ਵਿਆਹ ਵਿੱਚ ਆਏ ਪ੍ਰੌਣਿਆਂ ਲਾੜੇ ਦੀ ਮਾਂ ਭੈਣ ਚਾਚੀਆਂ ਤਾਈਆਂ ਪਿਓ ਚਾਚੇ ਤੇ ਹੋਰ ਸਾਖ ਸੰਬੰਧੀਆਂ ਸਮੇਤ ਸਭ ਨੂੰ ਦਿੱਤੀਆਂ ਜਾਂਦੀਆਂ ਹਨ ਸੇਠਣੀਆਂ ਸਿਰਫ ਔਰਤਾਂ ਵੱਲੋਂ ਮਰਦ ਤੇ ਇਸਤਰੀ ਦੋਹਾਂ ਨੂੰ ਦਿੱਤੀਆਂ ਜਾਂਦੀਆਂ ਹਨ ਤੇ ਸੇਠਣੀਆਂ ਜੀ ਜ਼ਿਆਦਾ ਕਰਕੇ ਨੂਹਾ ਨੂੰ ਹੀ ਦਿੰਦੇ ਹਨ ਪੰਜਾਬੀ ਲੋਕ ਗੀਤਾਂ ਵਿੱਚ ਸਿੱਠਣੀ ਹਾਸੇ ਮਜ਼ਾਕ ਨਾਲ ਭਰਪੂਰ ਇੱਕ ਰੋਚਕ અભिव्यक्ति ਹੈ ਜਿਸ ਵਿੱਚ ਸੰਬੋਧਿਤ ਵਿਅਕਤੀ ਦੇ ਸੁਭਾਅ ਦੀ ਕਿਸੇ ਕਮਜ਼ੋਰੀ ਜਾਂ ਕਿਸੇ ਸਰੀਰਕ ਕਮਜ਼ੋਰੀ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਕਈ ਵਾਰੀ ਬਿਨਾਂ ਕਿਸੇ ਕਮਜ਼ੋਰੀ ਤੋਂ ਐਵੇਂ ਹੀ ਵਿਅੰਗ ਕਾਸ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਹੰਸੋੜ ਮਾਹੌਲ ਦਾ ਪ੍ਰਭਾਵ ਪੈਦਾ ਕੀਤਾ ਜਾਂਦਾ ਹੈ ਇਹ ਸੰਬੋਧਿਤ ਵਿਅਕਤੀ ਉਹਨਾਂ ਵਿਸ਼ੇਸ਼ ਰਿਸ਼ਤੇਦਾਰਾਂ ਜਿਵੇਂ ਕੁੜਮਾਚਾਰੀ ਨਾਨਕਿਆਂ ਦਾਦਕਿਆਂ ਵਿੱਚੋਂ ਹੁੰਦੇ ਹਨ ਜਿਨ੍ਹਾਂ ਦੀ ਆਮ ਜੀਵਨ ਵਿੱਚ ਦਾ ਸੌ ਸੌ ਖਾਤਰਾ ਹੁੰਦੀਆਂ ਨੇ ਪਰ ਸਿੱਠਣੀਆਂ ਚ ਉਹਨਾਂ ਨੂੰ ਰੱਜ ਕੇ ਤੰਜਾਂ ਲਾਈਆਂ ਜਾਂਦੀਆਂ ਹਨ ਤੇ ਕਈ ਉਪਹਾਸ ਕੀਤੇ ਜਾਂਦੇ ਹਨ ਤੇ ਸਿੱਠਣੀ ਵਿੱਚਲਾ ਤੰਜ ਜੋ ਹੈ ਜੀ ਉਹ ਡੰਗ ਰਹਿਤ ਹੁੰਦਾ ਹੈ ਤੇ ਸਿੱਠਣੀ ਦਾ ਨਿਸ਼ਾਨਾ ਬਣਿਆ ਵਿਅਕਤੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ ਇਸੇ ਕਰਕੇ ਉਹ ਵੀ ਇਸ ਮਜ਼ਾਕ ਦਾ ਉਹਨਾਂ ਹੀ ਆਨੰਦ ਮਾਣਦਾ ਹੈ ਜਿੰਨਾ ਕਿ ਵਿਅੰਗ ਕੱਸਣ ਵਾਲੀ ਤੇ ਤੇ ਜੇ ਕੋਈ ਇਸ ਤੰਜਾ ਦਾ ਬੁਰਾ ਬਣਾਉਂਦਾ ਹੈ ਤਾਂ ਉਹ ਆਪਣੀ ਮਾਨਸਿਕ ਬੇਅਰਾਮੀ ਨੂੰ ਜ਼ਾਹਰ ਨਹੀਂ ਹੋਣ ਦਿੰਦਾ ਤੇ ਸਿੱਠਣੀ ਰਾਹੀਂ ਚੋਟ ਲਾ ਕੇ अपना बदला ਲੈਂਦਾ ਹੈ ਸੋ ਸਿੱਠਣੀ ਇੱਕ ਪ੍ਰਕਾਰ ਦੀ ਚਾਸ਼ਨੀ ਵਰਗੀ ਗਾਲ ਹੈ ਜਿਸ ਦਾ ਉਦੇਸ਼ ਵਿਅੰਗ ਟਕੋਰ ਕਟਾਕਸ਼ ਤੇ ਮਸ਼ਕਰੀ ਦੁਆਰਾ ਠਿੱਠ ਕਰਕੇ ਮਨੋਰੰਜਨ ਕਰਨਾ ਹੁੰਦਾ ਹੈ ਸੋ ਹਰੇਕ ਗੀਤ ਦੀ ਜ਼ਿੰਮੇਵਾਰੀ ਆਪਣੇ ਦਾਇਰੇ ਦੇ ਮੁਤਾਬਿਕ ਹੀ ਹੁੰਦੀ ਹੈ ਜਿਵੇਂ ਕੀਰਨੇ ਵਿੱਚ ਮੌਤ ਦੀ वेदना ਹੁੰਦੀ ਹੈ ਸੁਹਾਗ ਘੋੜੀਆਂ ਬੋਲੀਆਂ ਵਿੱਚ ਭਾਵਾਂ ਦੀ ਪੇਸ਼ਕਾਰੀ ਹੁੰਦੀ ਹੈ ਤੇ ਸਿੱਠਣੀਆਂ ਵਿੱਚ ਹਾਸੇ ਠੱਠੇ ਦਾ ਮਾਹੌਲ ਹੁੰਦਾ ਹੈ ਉਸੇ ਤਰ੍ਹਾਂ ਜੀ ਅਸ਼ਲੀਲ ਸੱਠ ਵੀ ਆਪਣੀ ਅਸ਼ਲੀਲਤਾ ਕਰਕੇ ਹੀ ਜਾਣੀ ਜਾਂਦੀ ਹੈ ਤੇ ਸਿੱਠਣੀ ਆਪਣੇ ਆਲੇ ਦੁਆਲੇ ਜਾਂ ਦਾਇਰੇ ਦੀ ਵਿਸ਼ੇਸ਼ ਬੋਲੀ ਜਾਂ ਵਿਸ਼ੇਸ਼ ਭਾਵਨਾ ਨੂੰ ਪ੍ਰਗਟਾਉਂਦੀ ਹੈ ਬਾਜੀ ਸੇਠਣੀਆਂ ਦੇ ਕਈ ਲੱਛਣ ਨੇ ਪਹਿਲਾ ਲੱਛਣ ਜੋ ਹੈ ਅਸ਼ਲੀਲਤਾ ਮਿੱਥਿਆ ਜਾ ਸਕਦਾ ਹੈ ਅਸ਼ਲੀਲਤਾ ਦਾ ਕੋਸ਼ਗਤ ਅਰਥ ਹੈ ਸ਼ੋਭਾਹੀਨਤਾ ਅਸ਼ਿਸ਼ਟਤਾ ਉਹ ਗੱਲ ਕਥਨ ਜੋ ਸਭੇਖ ਸਮਾਜ ਵਿੱਚ ਪੜਿਆ ਜਾਂ ਬੋਲਿਆ ਨਾ ਜਾ ਸਕੇ ਸੋ ਇਸ ਕਰਕੇ ਕਈ ਵਾਰ ਅਜੇ ਹੀ ਗੱਲ ਜੋ ਅਸਲ ਜੀਵਨ ਵਿੱਚ ਤਾਂ ਬੜੀ ਸ਼ਰਮਨਾਕ ਸਮਝੀ ਜਾਂਦੀ ਹੈ ਉਹ ਸਿੱਠਣੀਆਂ ਵਿੱਚ ਸਭ ਦੇ ਸਾਹਮਣੇ ਸਹਿਜਪਾਹੀ ਆਤ ਦਿੱਤੀ ਜਾਂਦੀ ਹੈ ਉਹ ਵੀ ਨੇੜੇ ਦੇ ਸਾਖ ਸੰਬੰਧੀਆਂ ਨੂੰ ਸਮਾਜ ਪਰਵਾਨਿਤ ਰਿਵਾਜ ਹੋਣ ਕਰਕੇ ਗੱਲ ਦਾ ਕੋਈ ਬੁਰਾ ਨਹੀਂ ਮਨਾਉਂਦਾ ਬਟ ਹਾਂਜੀ ਇਹਦੇ ਵਿੱਚ ਜੋ ਪਹਿਲਾ ਲੱਛਣ ਹੈ ਸਿੱਠਣੀਆਂ ਦਾ ਉਹ ਸ਼ਲੀਲਤਾ ਹੀ ਹੁੰਦਾ ਹੈ ਇਹ ਸਿੱਠਣੀਆਂ ਦਾ ਜੋ ਦੂਸਰਾ ਮੂਲ ਲੱਛਣ ਹੈ ਉਹ ਹੈ ਜੀ ਵਿਅੰਗ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸਿੱਠਣੀਆਂ ਇੱਕ ਅਜਿਹੀ ਵਿਧੀ ਹੁੰਦੀਆਂ ਨੇ ਜਿਦੇ ਵਿੱਚ ਇੱਕ ਦੂਸਰੇ ਤੇ ਵਿਅੰਗ ਕੱਸੇ ਜਾਂਦੇ ਨੇ ਉਹ ਸਿੱਠਣੀਆਂ ਜੋ ਨੇ ਜੀ ਪੰਜਾਬੀ ਲੋਕ ਗਿਆਨ ਵਿੱਚ ਖੁੱਲੇ ਡੁੱਲੇ ਅਸ਼ਲੀਲ ਅਤੇ ਕਾਵਿਕ ਛੇੜਖਾਨੀ ਦਾ ਲੋਕ ਪਰਵਾਣਿਤ ਰੂਪ ਹਨ ਉਹ ਜੋ ਬਰਾਤ ਆਉਂਦੀ ਹੈ ਜਦੋਂ ਤਾਂ ਜੀ ਉਹ ਜੋ ਮੁੰਡੇ ਵਾਲੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਸਾਖ ਸੰਬੰਧੀ ਨੂੰ ਨਹੀਂ ਛੱਡਦੇ ਉਸੇ ਤਰ੍ਹਾਂ ਉਹ ਜਿਵੇਂ ਔਰਤਾਂ ਸੇਠਣੀਆਂ ਦਿੰਦੀਆਂ ਨੇ ਤਾਂ ਗਾਉਂਦੀਆਂ ਨੇ ਸਾਡੇ ਵੇੜੇ ਮਾਂਦਰੀ ਮੁੰਡੇ ਦੀ ਭੈਣ ਬਾਂਦਰੀ ਸਾਡੇ ਵੇੜੇ ਤਾਣਾ ਤਣੀਂਦਾ ਮੁੰਡੇ ਦਾ ਪਿਓ ਕਾਣਾ ਸੁਣੀਂਦਾ ਸੋ ਇਸ ਤਰ੍ਹਾਂ ਦੀਆਂ ਜੀ ਬਹੁਤ ਸਾਰੀਆਂ ਸੇਠਣੀਆਂ ਨੇ ਜੋ ਦਿੱਤੀਆਂ ਜਾਂਦੀਆਂ ਨੇ ਤੇ ਵਿਅੰਗ ਭਰਪੂਰ ਹੁੰਦੀਆਂ ਨੇ ਸੋ ਜੀ ਹੁਣ ਗੱਲ ਕਰਦੇ ਹਾਂ ਕੁਝ ਮਸ਼ਹੂਰ ਸੇਠਣੀਆਂ ਦੀ ਜਨ ਜੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ ਇਨ੍ਹਾਂ ਦੇ ਤੋੜਿਆਂ ਵਰਗੇ ਮੂੰਹ ਉੱਤੇ ਮੋਛ ਵੀ ਨਾ ਜਾਂ ਜੀ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ ਇਨ੍ਹਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ ਜਾਂ ਜੀ ਉਸ ਪਿੰਡੋਂ ਆਏ ਜਿੱਥੇ ਟਾਲੀ ਵੀ ਨਾ ਇਨ੍ਹਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ ਸੋ ਜੀ ਕਈ ਪਿੰਡ ਤਾਂ ਅਜਿਹੇ ਨੇ ਪੰਜਾਬ ਦੇ ਜਿੱਥੇ ਅੱਜ ਵੀ ਇਹ ਰਿਵਾਜ ਪ੍ਰਚਲਿਤ ਨੇ ਤੇ ਖੁਸ਼ਕਿਸਮਤ ਨੇ ਉਹ ਲੋਕ ਜੋ ਅੱਜ ਵੀ ਇਨ੍ਹਾਂ ਚੀਜ਼ਾਂ ਦਾ ਆਨੰਦ ਮਾਣਦੇ ਨੇ ਨੈਕਸਟ ਜੀ 12 ਮਹੀਨੇ ਅਸਾਂ ਤੱਕਣ ਤੱਕਿਆ ਫੇਰ ਵੀ ਲਾੜਾ ਤੁਸੀਂ ਕਾਲਾ ਹੀ ਰੱਖਿਆ ਸਾਬਣ ਲਾਣਾ ਸੀ ਸਾਬਣ ਲਾਣਾ ਸੀ ਨਿਲੱਜਿਓ ਲੱਜ ਤੁਹਾਨੂੰ ਨਹੀਂ ਕੋਰੀ ਤੇ ਤੋੜੀ ਅਸਾਂ ਰਿੰਨੀਆਂ ਗੁੱਲੀਆਂ ਭੁੱਖ ਤੇ ਲੱਗੀ ਲਾੜੇ ਕੱਡੀਆਂ ਬੁੱਲੀਆਂ ਰੋਟੀ ਖਵਾਉਣੀ ਪਈ ਨਿਲੱਜਿਓ ਲੱਜ ਤੁਹਾਨੂੰ ਨਹੀਂ ਇੰਨੀ ਕਰਤੂਤੀ ਤੁਸੀਂ ਰਹੇ ਕੁਆਰੇ ਕਰਤੂਤ ਤੇ ਛਿਪਦੀ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਪੈਸਾ ਪੈਸਾ ਸਾਡੇ ਪਿੰਡ ਦੇੋਂ ਪਾਓ ਲਾੜੇ ਜੋਗਾ ਤੁਸੀਂ ਵਾਜਾ ਮੰਗਾਓ ਜੰਜ ਤੇ ਸੱਜ ਦੀ ਨਹੀਂ ਨਿਲਜਿਓ ਲੱਜ ਤੁਹਾਨੂੰ ਨਹੀਂ ਨੈਕਸਟ ਹੈ ਜੀ ਕੀ ਗੱਲ ਪੁੱਛਾਂ ਲਾੜਿਆ ਵੇ ਕੀ ਗੱਲ ਪੁੱਛਾਂ ਵੇ ਨਾ ਤੇਰੇ ਦਾੜੀ ਪੌਂਦੂਆ ਵੇ ਨਾ ਤੇਰੇ ਮੁੱਛਾਂ ਵੇ ਬੋਗ ਦੀ ਲਾਲੈ ਦਾੜੀ ਚੂਹੇ ਦੀਆਂ ਮੁੱਛਾਂ ਵੇ ਲਾੜਾ ਲਾੜਲਾ ਨੀ ਅੱਧੀ ਰਾਤ ਮੰਗੇ ਪੇਛ ਲਾੜੇ ਦੀ ਬੋਬੋ ਐ ਬੈਠੀ ਜੋ ਕਿਲੇ ਬੰਨਿਆ ਰਿਚ ਲਾੜੇ ਦੇ ਪਿਓ ਦੀ ਦਾੜੀ ਦੇ ਦੋ ਕੋਵਾਲ ਦੋ ਕੋਵਾਲ ਦਾੜੀ ਮੁੱਲ ਲੈ ਲੈਵੇ ਮੁੱਛਾਂ ਵਿਕਣ ਬਾਜ਼ਾਰ ਮੁੱਛਾਂ ਤਾਂ ਤੇਰੀਆਂ ਵੇ ਮਨਸਿਆ ਜੋ ਬਿੱਲੀ ਦੀ ਵੇ ਪੂਛ ਕੈਂਚੀ ਲੈ ਕੇ ਮੋਨਦਿਆ ਵੇ ਤੂੰ ਨੂੰ ਦੋਣਾ ਚੜ ਜੂ ਮੈਂ ਸੱਚ ਆਖਦੀ ਵੇ ਰੂਪ ਅਸਾਂ ਨੇ ਕੀ ਕਰਨੇ ਬੇਬਹਾਰੇ ਕੱਦੂ ਲਾੜਾ ਬੈਠਾ ਐ ਜਾਪੇ ਜਿਉ ਛੱਪੜ ਕੰਡੇ ਡੱਡੂ ਅਸਾਂ ਨਾ ਲੈਣੇ ਪੱਤਾ ਬਾਜ਼ ਕਰੇਲੇ ਲਾੜੇ ਦਾ ਚਾਚਾ ਐ ਚਾਕੇ ਜਿਵੇਂ ਚਾਮ ਛੜਕਦੇ ਡੇਲੇ ਜਾਂਜੀਓ ਮਾਂਜੀਓ ਕਿਹੜੇ ਵੇਲੇ ਹੋਏ ਨੇ ਖਾ ਖਾ ਕੇ ਰੱਜੇ ਨਾ ਟੱਡੇ ਨੇ ਕੇ ਟੋਈ ਨੇ ਨਿੱਕੇ ਨਿੱਕੇ ਮੂਨੇ ਟੱਡੇ ਨੇ ਕੇ ਖੂਨੇ ਖਾ ਰਹੇ ਹੋ ਤਾਂ ਉਠੋ ਸਈ ਜਾਂਜੀਆਂ ਨੂੰ ਖਾਲਕੁੱਟ ਦਿਓ ਜਿੰਨਾ ਧੌਣ 25 ਏਰ ਖਾਣਾ ਸਾਨੂੰ ਪੂਰੀਆਂ ਜੀ ਜਿੰਨਾ ਮੁਸ਼ਕ ਨਾਲ ਰੱਜ ਜਾਣਾ ਬੀਬੀ ਲਾੜਲੀ ਨਹੀਂ ਰੋਟੀ ਪਿੱਛੋਂ ਮੰਗੇ ਖੀਰ ਬੀਬੀ ਦਾ ਬਾਪੂ ਐ ਬੈਠਾ ਜੋ ਰਾਜਿਆਂ ਵਿੱਚ ਵਿਚੀਰ ਸਭ ਗੈਸ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ ਸਭ ਮਿਰਚਾਂ ਘੋਟੋ ਜੀ ਸਾਡਾ ਕੁੜਮ ਕੋਟਨੇ ਵਰਗਾ ਮੜ ਮੱਕੀ ਪਿਹਾ ਲੋ ਜੀ ਸਾਡਾ ਕੁੜਮ ਵੈੜ ਕੇ ਵਰਗਾ ਸੋ ਜੀ ਇਹ ਸੀ ਕੁਝ ਸੇਠਣੀਆਂ ਜੋ ਆਮ ਤੌਰ ਤੇ ਅੱਜ ਵੀ ਦਿੱਤੀਆਂ ਜਾਂਦੀਆਂ ਨੇ ਤੇ ਪੰਜਾਬ ਦੇ ਕਈ ਜਗ੍ਹਾ ਤੇ ਅੱਜ ਵੀ ਇਹ ਜੋ ਲੋਕ ਸਾਹਿਤ ਦੇ ਰੂਪ ਵੇਖਣ ਨੂੰ ਮਿਲਦੇ ਨੇ ਪੰਜਾਬੀ ਸਾਹਿਤ ਦੇ ਸੋ ਕਾਫੀ ਜੀ ਐਂਟਰਟੇਨਿੰਗ ਹੁੰਦੀਆਂ ਨੇ ਇਹ ਤੇ ਕੋਸ਼ਿਸ਼ ਕਰਿਆ ਕਰੋ ਕਿ ਪੰਜਾਬੀ ਸਾਹਿਤ ਬਾਰੇ ਜਿੰਨਾ ਤੁਸੀਂ ਜਾਣ ਸਕਦੇ ਹੋ ਪੜਨ ਦੀ ਕੋਸ਼ਿਸ਼ ਕਰਿਆ ਕਰੋ ਤੇ ਐਗਜ਼ਾਮ ਦੇ ਵਿੱਚ ਕੁਐਸ਼ਨ ਜ਼ਰੂਰ ਆਉਣਗੇ ਇਹਦੇ ਬਾਰੇ ਸੋ ਵੀਡੀਓ ਚੰਗੀ ਲੱਗੀ ਹੋਏ ਤਾਂ ਜੀ ਬਾਖਿਆ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਬਾਕੀ ਜੀ ਥੈਂਕ ਯੂ Uh, video they kindly end the thanks very much